ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਜਿਹੜਾ ਆਪਣਾ ਅੱਜ ਵਾਲਾ ਬਲੌਗ ਆ ਬਾਬੇ, ਇਹ ਬਹੁਤ ਵਧੀਆ ਬਹੁਤ ਵਧੀਆ ਬਲੌਗ ਹੈ। ਅੱਜ ਆਪਾਂ ਜਾ ਰਹੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ, ਅਤੇ ਬਹੁਤ ਪਵਿੱਤਰ ਧਰਤੀ ਆ ਅਤੇ ਸਭ ਤੋਂ ਮਹਿੰਗੀ ਧਰਤੀ ਆ। ਉੱਥੇ ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਸੀ, ਅਤੇ ਬਹੁਤ ਜ਼ਿਆਦਾ ਪਵਿੱਤਰ ਧਰਤੀ ਆ। ਅਤੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ, ਹੈ ਨਾ, ਅਤੇ ਆਪਾਂ ਆਪ ਵੀ ਕਰਾਂਗੇ। ਸਭ ਨੂੰ ਜਾਣਾ ਚਾਹੀਦਾ, ਅਤੇ ਜਿਹੜੇ ਨਹੀਂ ਗਏ ਉਹ ਜ਼ਰੂਰ ਜਾਇਓ, ਇੱਕ ਵਾਰੀ ਜ਼ਰੂਰ ਦੇਖ ਕੇ ਆਇਓ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਕਿੱਡੇ ਵੱਡੇ ਜਜ਼ਬੇ ਸੀ ਛੋਟੇ ਛੋਟੇ ਸਾਹਿਬਜ਼ਾਦਿਆਂ ਦੇ, ਹੈ ਨਾ, ਇੱਕ 7 ਸਾਲ ਦੇ, ਇੱਕ 9 ਸਾਲ ਦੇ, ਅਤੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਕੌਮ ਦੇ ਨਾਲ। ਅਤੇ ਬਾਕੀ ਆਪਾਂ ਮਿਲਦੇ ਹਾਂ ਜੀ। ਲਓ ਜੀ, ਆਪਣੇ ਨਾਲ ਵਾਲੇ ਵੀ ਆ ਗਏ ਆ ਗਏ। ਸਤਿ ਸ਼੍ਰੀ ਅਕਾਲ ਬਲੌਗ ਜੀ। ਅਤੇ ਹੁਣ ਅਸੀਂ ਬੱਸ 'ਤੇ ਚੱਲਣ ਵਾਲੀ ਹੈ ਜੀ ਬੱਸ, ਅਤੇ ਹੁਣ ਆਪਾਂ ਫੁੱਲ ਤਿਆਰੀ 'ਚ ਹਾਂ, ਅਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ, ਅਤੇ ਸਭ ਕੁਝ ਹੀ ਦਿਖਾਵਾਂਗੇ। ਠੀਕ ਹੈ, ਜ਼ਰੂਰ ਦੇਖੋ ਬਲੌਗ ਐਂਡ ਤੱਕ ਦੇਖ। ਭਾਈ ਇੱਥੋਂ 3-4 ਕਿਲੋਮੀਟਰ ਆ ਗੁਰਦੁਆਰਾ ਸਾਹਿਬ, ਤੁਰੇ ਜਾਂਦੇ ਹਾਂ ਅਤੇ ਪਹੁੰਚ ਕੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਅਤੇ ਆਪਾਂ ਵੀ ਦਰਸ਼ਨ ਕਰਾਂਗੇ। ਆਹ ਦੇਖੋ ਸਾਰੀ ਸੰਗਤ ਤੁਰੀ ਜਾਂਦੀ ਆ, ਅੱਗੇ ਰਸ਼ ਬਹੁਤ ਆ, ਅੱਗੇ ਸਾਧਨ ਸੁਧਨ ਤਾਂ ਘੱਟ ਹੀ ਜਾਂਦੇ ਨੇ। ਇੱਥੋਂ 3-4 ਕਿਲੋਮੀਟਰ ਕਹਿੰਦੇ ਨੇ, 3-4 ਕਿਲੋਮੀਟਰ। ਚਲੋ ਜਾ ਕੇ ਫਿਰ ਮਿਲਦੇ ਹਾਂ ਜੀ ਆਪਾਂ ਉੱਥੇ। ਅਸੀਂ ਆਟੋ ਤੋਂ ਤੁਰੇ, ਅਸੀਂ ਜੀ ਆਟੋ 'ਚ ਚੜ੍ਹ ਗਿਆ, ਦੇਖੋ ਜਾਂਦੇ ਹਾਂ ਅਸੀਂ ਦਰਬਾਰ ਸਾਹਿਬ। ਦੇਖੋ ਜੀ, ਦੇਖੋ ਚੜ੍ਹ ਗਿਆ ਪੌਲ, ਆਟੋ 'ਚ ਬੈਠੇ ਜੀ ਆਟੋ 'ਚ। ਆ ਜਾਓ ਵੀ ਸੰਗਤ ਤੋਂ, ਆ ਜਾਓ ਆ ਜਾਓ ਆ ਜਾਓ, ਬਸ ਹੁਣ ਛੇਤੀ ਪਹੁੰਚ ਜਾਂਗੇ ਜੀ ਆਪਾਂ। ਦੇਖੋ ਤੁਸੀਂ ਕੱਚ, ਭਾਈ ਜੀ ਲੋਕਾਂ ਨੂੰ ਹਜੇ ਵੀ ਇਤਿਹਾਸ ਯਾਦ ਹੈ, ਉਹ ਕੱਠ ਦੱਸਦਾ ਹੈ। ਲੋਕਾਂ ਨੂੰ ਕੁਰਬਾਨੀ ਯਾਦ ਆ, ਤਾਂ ਕਰਕੇ ਇੰਨਾ ਇਕੱਠ ਆਉਂਦਾ। ਬਹੁਤ ਜ਼ਿਆਦਾ ਸੰਗਤ ਆ, ਬਹੁਤ ਜ਼ਿਆਦਾ ਸੰਗਤ। ਉਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਨੂੰ ਪਹਿਰੇ ਲਾ ਕੇ ਸ਼ਸਤਰ ਸਹਿਤ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ। ਅਤੇ ਜਦੋਂ ਕਰੋ ਜੀ ਦਰਸ਼ਨ। ਕਰੋ ਦਰਸ਼ਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ। ਬਸ ਆਈ ਆ ਨਾ
ਸਾਡੇ ਦਫ਼ਤਰ ਪਹੁੰਚਣ ਦੀ ਕਿਰਪਾਲਤਾ ਕਰੋ। ਜੋ ਦਰਸ਼ਨਾਂ ਦੇ